ਅਸਲਾਮੁਅਲੈਕਮ ਦੋਸਤੋ, ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਈਆ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ ਤਾਂ ਕਿ ਸਾਡੀ ਹਰ ਆਉਣ ਵਾਲੀ ਨਈ ਵੀਡੀਓ ਤੁਹਾਡੇ ਤੱਕ ਬਾਸਾਨੀ ਪਹੁੰਚ ਸਕੇ। ਦੋਸਤੋ, ਅੱਜ ਅਸੀਂ ਅਨਮੋਲ ਚੈਨਲ ਤੇ ਆਪਣੇ ਵੀਰਾਂ ਵਾਸਤੇ ਇੱਕ ਅਸਰ ਝੋਟੀ ਇੱਕ ਦੂਜਣ ਗਾਂ ਦੀ ਵੀਡੀਓ ਲੈ ਕੇ ਆਏ ਆ। ਦੂਸਰਾ ਸੂਆ ਉਹਨੇ ਸੁਣਿਆ, ਪਿਓਰ ਸਾਹੀਵਾਲ ਨਸਲ ਹੈ ਜੀ, ਪਿਓਰ ਸਾਹੀਵਾਲ, ਕੋਈ ਕਰਾਸ ਨਹੀਂ ਕਿਸੇ 'ਚ, ਪਿਓਰ ਸਾਹੀਵਾਲ ਇੱਕ ਅਸਰ ਝੋਟੀ ਏ। ਦੋਨੇ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਏਗਾ। ਗਾਂ ਸੂਣ ਦੇ ਵਿੱਚ ਲੈਂਦੀ ਹਾਲੇ 8-10 ਦਿਨ, ਇੱਕ ਅਸਰ ਝੋਟੀ ਏ। ਦੋਨੇ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਏਗਾ, ਉਸ ਤੋਂ ਬਾਅਦ ਆਪਾਂ ਮਜ਼ੀਦ ਮਾਲਕ ਕੋਲੋਂ ਪੁੱਛਾਂਗੇ ਇਹਨਾਂ ਦੀ ਡਿਮਾਂਡ ਅਤੇ ਗਾਂ ਦੇ ਬਾਰੇ ਕਿ ਪਹਿਲੇ ਸੂਏ ਗਾਂ ਕਿੰਨਾ ਦੁੱਧ ਕਰਦੀ ਰਹੀ ਏ। ਇਹ ਸਾਰੀਆਂ ਗੱਲਾਂ ਪੁੱਛਣੇ ਆ ਮਾਲਕ ਤੋਂ। ਦੋਨੇ ਚੀਜ਼ਾਂ ਦੇਖਣ ਤੋਂ ਬਾਅਦ, ਝੋਟੀ ਵੀ ਅਤੇ ਗਾਂ ਵੀ ਦੇਖਣ ਤੋਂ ਬਾਅਦ, ਗਾਂ ਦੇਖੋ ਜੀ ਲਾਲ ਗੋਰੀ ਗਾਂ ਹੈ, ਸੋਹਣਾ ਥਣ ਲੱਗਿਆ ਮਾਸ਼ਾਅੱਲਾ। ਪਿਛਲੇ ਥਣ ਥੋੜ੍ਹੇ ਜਿਹੇ ਛੋਟੇ ਨੇ, ਅਗਲੇ ਥਣ ਥੋੜ੍ਹੇ ਲੰਬੇ ਨੇ। ਗਾਂ ਦੇਖ ਲਈ ਜੀ, ਇਹ ਛੋਟੀ ਹੈ ਜੀ ਮਾਸ਼ਾਅੱਲਾ, ਚੰਗੀ ਵੇਲ, ਖੁੱਲ੍ਹੇ ਵਜੂਦ ਦੀ ਛੋਟੀ ਹੈ, ਸਿਆਹ ਕਾਲੀ ਬਿਲਕੁਲ ਨਿੱਕੀ, ਸਿਆਹ ਕਾਲੀ, ਸਿਆਹ ਕਾਲੀਆਂ ਅੱਖਾਂ, ਲਓ ਜੀ ਹੁਣ ਬੁਲਾ ਰਹੇ ਮਾਲਕ ਨੂੰ ਅਤੇ ਮਜ਼ੀਦ ਉਹਨਾਂ ਕੋਲ ਪੁੱਛ ਲੈਂਦੇ ਹਾਂ ਵੀ ਕਿੰਨੀ ਡਿਮਾਂਡ ਕਰਦੇ ਨੇ ਇਹਨਾਂ ਜਾਨਵਰਾਂ ਦੀ। ਅਸਲਾਮ ਵਾਲੇਕੁਮ ਭਾਈ ਜਾਨ, ਭਾਈ ਜਾਨ ਇਹ ਗਾਂ ਨੇ ਕਿੰਨਵਾਂ ਸੁਬਹ ਸੁਣਿਆ? ਦੂਜਾ ਦੂਸਰਾ ਇਹ ਕਿਹੜੀ ਨਸਲ? ਇਹ ਸਾਹੀਵਾਲ, ਸਾਹੀਵਾਲ ਪਿਓਰ, ਕਰਾਸ ਤਾਂ ਨਹੀਂ ਕਿਸੇ 'ਚ? ਕਰਾਸ ਨਹੀਂ। ਅਤੇ ਝੋਟੀ ਗੱਬਰ ਗੁੱਬਰ ਨਹੀਂ? ਥੋੜ੍ਹੀ ਜਿਹੜੀ ਗਾਂ ਨਹੀਂ ਸਹੀ। ਅਤੇ ਆ ਝੋਟੀ ਗੱਬਰ ਨਹੀਂ? ਨਹੀਂ ਕਸਮ, ਕਿਉਂਕਿ ਫਿਰਦੀ ਰਹੀ ਵਾੜੇ ਵੂੜੇ 'ਚ ਤਾਂ ਲੱਗਣੇ ਵੀ ਆਪਾਂ ਇਹ ਨਹੀਂ ਆਖ ਸਕਦੇ ਵੀ ਗੱਬਰ ਹੈ। ਹਾਂ ਹਾਂ ਵੀ ਨਹੀਂ ਪਤਾ ਹੀ ਨਹੀਂ ਹੈਗਾ, ਬਸ ਨਹੀਂ ਗੱਬਰ ਨਹੀਂ ਹੈ। ਅਤੇ ਜਿਹੜੀ ਗਾਂ ਇਹ ਪਿਛਲੇ ਸੂਏ ਕਿੰਨਾ ਦੁੱਧ ਕਰਦੀ ਰਹੀ? ਇਹ ਪਿਛਲੇ ਸੂਏ ਕਰਦੀ ਰਹੀ 14 ਲੀਟਰ। 14 ਲੀਟਰ? ਅੱਛਾ, ਹੁਣ ਇਹਨਾਂ ਦੀ ਕੀ ਡਿਮਾਂਡ ਕਰਦੇ ਹੋ ਦੋਨਾਂ ਜਾਨਵਰਾਂ ਦੀ? ਇਸ ਕੀ ਦੋ ਦਿਨ ਸ਼ਾਲ ਕਰੇਗੀ। ਸੂਣ 'ਚ ਕਿੰਨੇ ਕੁ ਦਿਨ ਲੈਂਦੀ? ਇਹ ਲੈਂਦੀ 8-10 ਦਿਨ। 10 ਦਿਨ ਲੈਂਦੀ? ਕਿੰਨੀ ਡਿਮਾਂਡ ਕਰਦੇ ਹੋ ਇਹਨਾਂ ਜਾਨਵਰਾਂ ਦੀ? ਇਹਨਾਂ ਦਾ ਮੁੱਲ ਤਾਂ ਵੈਸੇ ਵਾਹਵਾ ਅਸੀਂ ਕਰਨਾ, ਕਿਉਂਕਿ ਨਸਲ ਵੀ ਚੰਗੀ ਹੈ, ਠੀਕ ਗਰਾਬ ਦੀ ਤੇਰੀ ਮਹੀਆਂ ਬਜ਼ਾਰੀਆਂ ਨਾਲ ਵੱਡੀ ਹੈ। ਫਾਈਨਲ ਜੀ ਕਰੀਏ? ਫਾਈਨਲ 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 ਕਰ ਫਾਈਨਲ ਜੀ ਇਹਨਾਂ 2,90,000। 2,90,000 ਫਾਈਨਲ ਹੈ? ਫਾਈਨਲ ਸਹੀ। ਇਹਦੇ ਵਿੱਚ ਕੁਛ ਪਿਆਰ ਹੋ ਪਰ 1,000-2,000 ਕਿਰਾਏ ਦਾ ਛਾੜੇ ਸੈਂਡਾ ਦੇ ਦੇ ਬਸ, ਵਰਨਾ ਫਾਈਨਲ ਹੀ ਠੀਕ ਹੈ। ਲਓ ਜੀ ਬਾਈ ਜਾਨ, 2,90,000 ਰੁਪਇਆ ਫਾਈਨਲ ਹੀ ਮੁੱਲ ਕੀਤਾ ਹੈਗਾ ਉਹਨਾਂ ਨੇ। 8-10 ਦਿਨ ਲੈਂਦੀ ਗਾਂ ਸੂਣ 'ਚ, ਸਾਹੀਵਾਲ ਦੀ ਨਸਲ ਹੈ ਜੀ। ਕੁਛ ਕਹਿ ਰਹੇ ਨੇ ਕੁਛ ਥੋੜ੍ਹੀ ਬਹੁਤੀ ਹੈ ਕਿਸੇ 'ਚ ਕਰਾਸ, ਇਹ ਨਹੀਂ ਉਹਨੂੰ ਪਤਾ ਚੋਲਿਸਤਾਨੀ ਹੈ ਜਾਂ ਕਿਹੜੀ ਹੈ, ਠੀਕ ਹੈ ਜੀ। ਅਤੇ 2,90,000 ਰੁਪਇਆ ਫਾਈਨਲ ਹੀ ਮੁੱਲ ਕੀਤਾ ਹੈਗਾ। ਕੋਈ 1,000 ਤੋਂ ਕਹਿ ਰਹੇ ਨੇ ਕਿ ਛੱਡ ਦਿਆਂਗੇ। ਅਗਰ ਸਾਡੇ ਕਿਸੇ ਵੀਰ ਭਰਾ ਨੇ ਇਹ ਡੰਗਰ ਇਹ ਜਾਨਵਰ ਖਰੀਦਣੇ ਨੇ, ਸਾਡਾ ਰਾਬਤਾ ਨੰਬਰ 0311-65-1531, ਇਸੇ ਨੰਬਰ 'ਤੇ ਸਾਡੀ ਵਟਸਐਪ ਬਣੀ ਹੈ। ਅਗਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੈ, ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜ਼ਿੰਦਗੀ 'ਤੇ ਮਿਲਾਂਗੇ ਇੱਕ ਨਈ ਵੀਡੀਓ ਦੇ ਨਾਲ। ਆਪਣੇ ਮੇਜ਼ਬਾਨ ਫੈਸਲ ਜੋਜਨ ਦਿਓ ਇਜਾਜ਼ਤ। ਅੱਲਾ ਹਾਫਿਜ਼।